ਜਿੱਥੇ ਸੰਗਤ ਏਡ ਦੀ ਟੀਮ ਜੋ ਇਸ ਵੇਲੇ ਸਪਰੇ ਮਾਰ ਰਹੀ ਹੈ। ਆ ਸਪਰੇ ਮਾਰ ਰਹੇ ਆ, ਉਹ ਸਪਰੇ ਮਾਰਨਾ ਕਿੰਨਾ ਕੁ ਮੱਛੀ ਦਾ ਫਰਕ ਪੈਂਦਾ ਵਾ? ਹਾਂਜੀ, ਇਹ ਜਿਹੜੀ ਸਪਰੇ ਨਾ ਬਹੁਤ ਕਾਫੀ ਫਰਕ ਪੈ ਗਿਆ। ਪਹਿਲਾਂ ਤਾਂ ਖਲੋ ਹੀ ਨਹੀਂ ਸੀ ਹੁੰਦਾ, ਹੁਣ ਜਿੱਦਣ ਦੇ ਆ ਸਪਰੇ ਵਾਲੇ ਆਏ ਆ ਤਾਂ ਉੱਦਣ ਦਾ ਪਿੰਡ ਦੇ ਵਿੱਚ ਮੱਛਰ ਬਹੁਤ ਘੱਟ ਵੇਖਣ ਨੂੰ ਮਿਲਦਾ, ਜਿੱਦਾਂ ਪਸ਼ੂਆਂ ਡੰਗਰਾਂ ਨੂੰ ਬੰਦਿਆਂ ਨੂੰ ਉੱਦਣ ਦਾ ਬੜਾ ਵਧੀਆ ਹੋ ਗਿਆ। ਬਾਪੂ ਜੀ, ਸਪਰੇ ਜਿਹੜਾ ਕਰ ਰਹੇ ਆ, ਸਪਰੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਜੀ? ਬਹੁਤ ਫਰਕ ਆ ਜੀ, ਦੂਜਾ ਮੱਛਰ ਘੱਟ ਗਿਆ ਬਹੁਤ ਜ਼ਿਆਦਾ, ਅੱਗੇ ਨਾਲੋਂ ਬਹੁਤ ਮੱਛਰ ਸੀਗਾ ਪਾਣੀ ਆਉਣ ਦਾ ਕਰਕੇ, ਅਤੇ ਹੁਣ ਤਾਂ ਠੀਕ ਆ, ਮੱਛਰ ਬਹੁਤ ਕਮੀ ਹੋ ਗਿਆ ਵਾ। ਬਹੁਤ ਵਧੀਆ ਕੰਮ ਪਰਾਲਾ ਵਾ ਮਹਾਂਪੁਰਖਾਂ ਦਾ।